ਇੱਕ ਪੰਜਾਬੀ ਨਾਮੀ ਗਾਇਕ ਦੇ ਘਰ ਦੇ ਉੱਤੇ ਸ਼ਰੇਆਮ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਈ ਰਾਊਂਡ ਫਾਇਰਿੰਗ ਜੋ ਹੈ ਉਸਦੇ ਘਰ ਦੇ ਉੱਤੇ ਕੀਤੇ ਗਏ ਨੇ, ਜਿਸਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਇਸ ਦੇ ਨਾਲ ਹੀ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਗਾਇਕ ਸਾਹਿਲ ਸ਼ਾਹ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਗੈਂਗਸਟਰਾਂ ਦੇ ਵੱਲੋਂ ਉਸਨੂੰ ਲਗਾਤਾਰ ਫੋਨ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ, ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਆਪਣੇ ਗਾਣੇ ਉਹਨਾਂ ਨੂੰ ਦੇ ਦੇਵੇ। ਤਾਂ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਵੱਲੋਂ ਹੀ ਇਹ ਫਾਇਰਿੰਗ ਕਰਵਾਈ ਗਈ ਹੈ। ਤਾਂ ਜਲੰਧਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬੀ ਗਾਇਕ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਉਸ ਗਾਇਕ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਤੋਂ ਚੰਡੀਗੜ੍ਹ ਗਿਆ ਹੋਇਆ ਸੀ, ਪਰ ਜਿਵੇਂ ਹੀ ਘਰ ਆਇਆ ਤਾਂ ਉਸਨੂੰ ਪਤਾ ਚੱਲਾ ਕਿ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਤਾਂ ਜਿਸ ਤੋਂ ਬਾਅਦ ਹੁਣ ਉਸਨੇ ਸੂਚਨਾ ਇਸ ਦੀ ਪੁਲਿਸ ਨੂੰ ਵੀ ਦਿੱਤੀ ਹੈ ਤੇ ਉਸਦਾ ਕਹਿਣਾ ਹੈ ਕਿ ਲਗਾਤਾਰ ਉਸਨੂੰ ਇਹ ਥ੍ਰੈਟ ਕੋਲਾਂ ਆ ਰਹੀਆਂ ਸੀ, ਜਿਸ ਦੇ ਵਿੱਚ ਉਸ ਤੋਂ ਗਾਣੇ ਦੀ ਮੰਗ ਕੀਤੀ ਜਾ ਰਹੀ ਸੀ, ਪਰ ਹੁਣ ਉਸਦੇ ਘਰ ਦੇ ਉੱਤੇ ਫਾਇਰਿੰਗ ਕਰਵਾ ਦਿੱਤੀ ਗਈ ਹੈ, ਜਿਸ ਦੇ ਨਾਲ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ। ਤੇ ਦੂਜੇ ਪਾਸੇ ਹੁਣ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਆਲੇ ਦੁਆਲੇ ਲੱਗੇ ਹੋਏ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਵੀ ਇਸ ਦੌਰਾਨ ਗੋਲੀ ਲੱਗਣ ਦੀਆਂ ਸਾਹਮਣੇ ਆਈਆਂ ਨੇ। ਕਿਹਾ ਜਾ ਸਕਦਾ ਕਿ ਜੋ ਗੇਟ ਹੈ ਉਸਦੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ ਤੇ ਗੋਲੀਆਂ ਦੇ ਨਿਸ਼ਾਨ ਸ਼ਰੇਆਮ ਦੇਖੇ ਜਾ ਸਕਦੇ ਨੇ। ਥ੍ਰੈਟ ਆ ਰਹੇ ਸੀ, ਕਾਫੀ ਟਾਈਮ ਤੋਂ ਆ ਰਹੇ ਸੀਗੇ ਤੇ ਕੱਲ ਰਾਤੀ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਅੱਜ ਮੈਂ ਰੀਸੈਂਟਲੀ ਸ਼ਾਮੀ ਆਇਆ। ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ, ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਨਾ, ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਏ ਵੀ ਇੱਦਾਂ ਇੱਦਾਂ ਕਰਕੇ ਗੱਲ ਹੋਈ ਆ ਰਾਤੀ। ਠੀਕ ਹੈ ਜੀ, 12:30 ਤੋਂ ਬਾਅਦ ਜਿਹੜੀ ਇੱਥੇ ਸਾਡੇ ਸੀਗਾ ਨੇੜੇ ਪਿਆ, ਠੀਕ ਹੈ ਜੀ, ਕਰਕੇ ਪਤਾ ਨਹੀਂ ਲੱਗਿਆ ਫਿਰ ਰਾਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮਤਲਬ ਮੇਰੀ ਗੱਲ ਸੁਣ, ਮਤਲਬ ਕੋਈ ਗੈਂਗਸਟਰ ਸੀਗਾ ਉਹਦਾ ਵੱਡੇ ਦਾ ਬਾਹਰੋਂ ਫੋਨ ਆਇਆ ਕਿਸੇ ਦਾ ਵੀ ਮੇਰੀ ਗੱਲ ਸੁਣ ਵੀ ਜੇ ਨਹੀਂ ਸੁਣਨੀ ਆ ਤਾਂ ਤੇਰੇ ਫਾਇਰਿੰਗ ਕਰਾਂਗੇ ਤੇ ਉਹਨਾਂ ਨੇ ਉਹੀ ਮੈਨੂੰ ਵਾਰਨਿੰਗ ਦਿੱਤੀ ਆ ਵੀ ਸਾਨੂੰ ਗਾਣੇ ਸਾਡੇ ਨਾਲ ਕੰਮ ਕਰ। ਹਾਂਜੀ, ਸਾਡੇ ਨਾਲ ਕੰਮ ਕਰ, ਉੱਥੇ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਨਾਲ ਕੰਮ ਕਰ। ਤੁਸੀਂ ਅੱਗੇ ਕਿਸੇ ਨਾਲ ਕੰਮ ਸਰ ਉਹੀ ਕੰਪਨੀ ਮੇਰੀ ਨਾ ਪਹਿਲਾਂ ਜਿਹਨਾਂ ਨਾਲ ਮੈਂ ਸਾਈਨ ਸੀਗਾ ਹੋਇਆ, ਠੀਕ ਹੈ ਸਰ, ਮੇਰਾ 70 ਲੱਖ ਰੁਪਈਆ ਇਹਨਾਂ ਨੇ ਖਰਾਬ ਕੀਤਾ ਸਾਰਾ, ਮੈਨੂੰ ਕੋਈ ਉਹਦੇ ਵਿੱਚੋਂ ਹਿਸਾਬ ਨਹੀਂ ਮਿਲਿਆ, ਕੋਈ ਕੁਛ ਨਹੀਂ ਮਿਲਿਆ ਉਹਦੇ ਵਿੱਚੋਂ ਸਰ। ਅਤੇ ਸਰ ਜੱਟ ਇੰਟਰਟੇਨਮੈਂਟ ਆ, ਇਹਨਾਂ ਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਕਰਵਾਏ ਸੀਗੇ ਗਰਾਊਂਡ ਬੋਇਜ਼ ਬਾਹਰ, ਅਤੇ ਉਹਦੇ ਤੋਂ ਬਾਅਦ ਇਹ ਕੀ ਉਹ ਬੰਦੇ ਆ ਸੇਮ, ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਜਿਹੜੇ ਗੈਂਗਸਟਰ ਆ। ਹੁਣ ਸਰ ਮੈਨੂੰ ਡੇਲੀ ਫੋਨ ਆਉਂਦੇ ਆ, ਮਤਲਬ ਧਮਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਤਾਂ ਤੇਰਾ ਚੱਲ ਜਾਊਗਾ। ਨਹੀਂ ਗੱਲ ਉਹ ਨਹੀਂ ਹੈਗੀ, ਮਤਲਬ ਇਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਾਡੇ ਨਾਲ ਬਸ। ਅੱਛਾ, ਕੀ ਦੇਖਦੇ ਸਰ? ਬਹੁਤ ਜ਼ਿਆਦਾ ਡਿਫੀਕਲਟ ਅੱਜ ਕੱਲ੍ਹ, ਕੋਈ ਵੀ ਚੀਜ਼ ਆਸਾਨ ਨਹੀਂ ਹੈਗੀ। ਕਿੰਨੇ ਕੁ ਫਾਇਰਿੰਗ ਹੋਏ ਆ ਘਰ ਦੇ ਵਿੱਚ? ਸਰ ਆਹ ਸਾਰੀਆਂ ਇੱਧਰ ਲੱਗੀਆਂ ਪਈਆਂ ਆ, ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਸਰ। ਗੋਲੀਆਂ
ਬਸ ਸਾਨੂੰ ਨੀ ਪਤਾ ਕੀ ਚਾਹੁੰਦੇ ਆ ਸਾਡੇ ਕੋਲੋਂ ਕੀ ਨਹੀਂ ਚਾਹੁੰਦੇ, ਕਿਉਂਕਿ ਸਾਡੇ ਬੇਟੇ ਨੂੰ ਜੀਣ ਨਹੀਂ ਦਿੰਦੇ ਹੈਗੇ ਸਹੀ ਤਰ੍ਹਾਂ, ਕਿਉਂਕਿ ਇਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੌਣ ਹੈਗਾ ਜੀ, ਕੌਣ ਹੈਗਾ ਇਹ ਸ਼ਰਮ ਵਗੈਰਾ ਜੋ ਵੀ ਇਹਨਾਂ ਦਾ ਕੁਛ, ਮੈਨੂੰ ਬੰਦੇ ਦੀਆਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ, ਬੇਟੇ ਨੂੰ ਪਤਾ ਸਾਰਿਆਂ ਨਾਵਾਂ ਦਾ, ਉਹ ਤੇ ਸਾਰੀ ਚਲੇ ਗਈ ਆ ਕੰਪਨੀ, ਪੁਰਾਣੀ ਰੰਜਿਸ਼ ਵਗੈਰਾ ਜਾਂ ਕੋਈ ਪੁਰਾਣੀ ਕੁਛ ਨਹੀਂ ਹੈਗੀ, ਬਸ ਗਾਇਕੀ ਦਾ ਇਹਦਾ ਕੰਮ ਹੈ, ਗਾਇਕੀ ਤੋਂ ਉਹਨਾਂ ਨੂੰ ਪਸੰਦ ਹੈਗਾ ਆ, ਇਹਨੂੰ ਛੱਡਣਾ ਚਾਹੁੰਦੇ ਨੇ, ਫ੍ਰੀ 'ਚ ਖਾਣਾ ਚਾਹੁੰਦੇ ਆ, ਜਿੱਦਾਂ ਕਿ ਤੁਸੀਂ ਦੇਖਦੇ ਹੋ ਕਿ ਕੱਲ ਗੋਲੀਆਂ ਚੱਲੀਆਂ ਦਿਨ ਰਾਤ ਨੂੰ, ਤੁਸੀਂ ਇਨਫੋਰਮੇਸ਼ਨ ਹੁੰਦੇ ਰਹੇ ਹੋ ਤੇ ਉਹਦੇ ਬਾਰੇ ਜਦੋਂ ਤੁਹਾਨੂੰ ਪਤਾ ਨਹੀਂ ਲੱਗਾ ਰਹਾ, ਸਾਨੂੰ ਨਹੀਂ ਪਤਾ ਲੱਗਾ, ਮੈਂ ਤਾਂ ਡਿਊਟੀ ਤੋਂ ਹੀ, ਮੈਂ ਤਾਂ ਖੁਦ ਡਿਊਟੀ ਕਰਦੀ ਹਾਂ, ਮੈਂ ਤਾਂ ਖੁਦ ਨਹੀਂ ਹੈਗੀ ਘਰ, ਬੱਚੇ ਘਰ ਹੁੰਦੇ, ਬੇਟੇ ਹੁੰਦਾ ਆ, ਬੇਟਾ ਹੁੰਦਾ ਆ ਘਰ, ਬੇਟਾ ਦਾ ਦੋਸਤ ਹੁੰਦਾ ਆ ਕਈ ਵਾਰੀ, ਬੇਟੀ ਹੁੰਦੀ ਆ ਘਰ, ਅੱਛਾ ਜੀ, ਕਿਉਂਕਿ ਹੋਰ ਵੀ ਸਾਡੇ ਪਰਿਵਾਰ ਤੇ ਕਈ ਮੈਂਬਰ ਹੁੰਦੇ ਆ ਸਾਡੇ ਘਰ 'ਚ, ਪਰ ਹੁਣ ਇਹ ਰਾਤ ਵੇਲੇ ਥੋੜੀ ਸਾਨੂੰ ਪਤਾ ਸੀ ਵੀ ਇਹ ਚੀਜ਼ ਹੋਣ ਡਈ ਆ, ਕੋਈ ਆਵਾਜ਼ ਵਗੈਰਾ ਆਈ ਸੀ, ਆਵਾਜ਼ ਵਗੈਰਾ ਆਈ ਆ, ਅੱਛਾ ਜੀ, ਬੇਟੀ ਦੇ ਉਹਨੇ ਲੱਗਿਆ ਹੋਇਆ ਸੀ, ਉਹ ਕਹਿੰਦੀ ਆ ਮੰਮੀ ਆਵਾਜ਼ ਆਈ, ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਸਵੇਰ ਠੀਕ ਨਹੀਂ, ਮੈਂ ਤੁਹਾਨੂੰ ਉਠਾ ਲਿਆ ਨਹੀਂ ਹੈਗਾ, ਅੱਛਾ ਜੀ, ਨਹੀਂ ਤਾਂ ਅਸੀਂ ਕੋਠੇ ਦੇ ਉੱਪਰ ਜਾ ਕੇ ਦੇਖਣਾ ਸੀਗਾ, ਕੋਈ ਸੀਸੀਟੀਵੀ ਵਗੈਰਾ ਕੈਮਰਾ, ਸੀਸੀਟੀਵੀ ਕੈਮਰਾ ਵੀ ਹੈਗਾ ਸਾਡੇ ਲੱਗੇ, ਉਹਨਾਂ ਕੋਈ ਖੰਗਾਲ ਕੇ ਕੋਈ ਨਹੀਂ, ਵੀ ਕਢਵਾ ਲਾਂਗੇ, ਉਹ ਵੀ ਸਾਰਾ ਕੁਝ ਕਰਵਾ ਲਾਂਗੇ, ਪ੍ਰੂਫ ਕਰਵਾ ਲਾਂਗੇ, ਕੈਮਰਾ ਸਾਡੇ ਲੱਗੇ ਹੈਗਾ, ਠੀਕ ਹੈ, ਗੋਲੀਆਂ ਤਿੰਨ ਫਾਇਰਿੰਗ ਕੀਤੀ ਹੈ, ਕੋਲੇ ਜੀ ਨਾਮ ਚਲਾਈ ਗਈ ਹੈ, ਚਮਨ ਲਾਲ ਸੁਮਨ ਜੀ, ਤੇ ਕਿੰਨੇ ਵਜੇ ਫਾਇਰਿੰਗ ਹੋਈ ਹੈ, 12:30 ਵਜੇ ਦੀ ਗੱਲ, ਤੁਹਾਨੂੰ ਕਿੰਨਾ ਕਦੋਂ ਪਤਾ ਲੱਗਾ, 12:30 ਵਜੇ ਪਤਾ ਲੱਗਾ, ਸਵੇਰੇ ਸ਼ਾਮੀ ਵੀ ਪਤਾ ਲੱਗਾ, ਅੱਜ ਸ਼ਾਮੀ ਉਹ ਵੀ ਪਾਣੀ ਦੇ ਵਿੱਚੋਂ ਮੈਂ ਜਦੋਂ ਦੇਖਿਆ ਤੇ ਵਿੱਚੋਂ ਨਿਕਲਿਆ ਰੋਣ ਘਰ ਵਾਲੇ ਘਰ ਹੀ ਸੀਗੇ, ਦੱਸਦੇ ਉਹਦੇ ਮੁੰਡਾ ਆਪ ਜਿਹੜਾ ਸਾਹਿਬ ਬਾਹਰ ਸੀਗਾ, ਘਰ ਦੇ ਉਹਦੇ ਮਾਤਾ ਪਿਤਾ ਘਰ, ਸਰ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ, ਕੋਈ ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ, ਫਿਰ ਵੀ ਅਸੀਂ ਜਿਹੜਾ ਕੋਈ ਆਸੇ ਪਾਸੇ ਲੱਗੀ ਆ ਉਹਨੂੰ ਖੰਗਾਲਾ ਲੈ, ਫੋਨ ਤੱਕ ਦੀ ਇਨਵੈਸਟੀਗੇਸ਼ਨ ਕੀ ਸਾਹਮਣੇ ਆਇਆ, ਬਿਆਨ ਲਿਖਿਆ, ਬਿਆਨ ਮੁਤਾਬਕ ਦੇਖਦੇ ਹਾਂ ਕਿ ਕੀ ਫਰਦਰ